चैनल पंजाबी देख रहे दर्शकों का प्रोग्राम फ्रंट लाइन में बहुत बहुत स्वागत दोस्तों हाजर हाँ अज्ज के कुछ मसले अज्ज दियां कुछ गल्लां बातां तुहाडे नाल सांझे करन दे लई प्रोग्राम दे विच आपां अज्ज चार मसले तुहाडे नाल सांझे करने आ। सब तो पहला मसला कैनेडा दे हाउस ऑफ कॉमन्स दे स्पीकर एंथनी रोटा वल्लों अस्तीफा दे दिता गया। कल भी आपां गल्लबात कीती सी, अगली गल्लबात करनी है अमेज़न दे स्टोरां दे उत्ते खरीदारी दा नवां तरीका आ। तुसीं समान चुको स्टोर दे वितों बाहर जाओ, कोई तुहानूं सैल्फ पे जां जिहड़ा सैल्फ चैकआउट जां कुछ करन दी लोड़ नहीं आ, अपने आप ही पैसे कट्टे जाणगे। इह की गल्लबात आ। एडमिंटन दे विच क्राइम वध रहा, इहदे बारे काफ़ी चिंता आ। ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਿਹੜੇ ਏਜੰਟ ਕੁਝ ਝੂਠੇ ਸੁਪਨੇ ਦਿਖਾ ਰਹੇ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ। ਸਭ ਤੋਂ ਪਹਿਲਾ ਮੁੱਦਾ ਐਂਥਨੀ ਰੋਟਾ ਬਾਰੇ। ਪਿਛਲੇ ਵੀਕਐਂਡ ਦੇ ਉੱਤੇ ਸ਼ੁੱਕਰਵਾਰ ਨੂੰ ਅਸਲ ਦੇ ਵਿੱਚ ਹਾਊਸ ਆਫ ਕਾਮਨਸ ਦੇ ਵਿੱਚ ਜਦੋਂ ਜਿਹੜੇ ਮਿਸਟਰ ਹੁੰਕਾ ਸੀ ਉਹ ਉਹਨਾਂ ਨੂੰ ਸੱਦਿਆ ਗਿਆ ਸੀ, ਸੱਦਿਆ ਸੀ ਹਾਊਸ ਸਪੀਕਰ ਐਂਥਨੀ ਰੋਟਾ ਨੇ ਸੱਦ ਕੇ ਉਹਨਾਂ ਦੀ ਸਿਫਤ ਕੀਤੀ। ਉਸ ਤੋਂ ਬਾਅਦ ਮਾਮਲਾ ਵੱਧ ਗਿਆ, ਮੰਗ ਹੋਣ ਲੱਗ ਪਈ ਕਿ ਮਾਫ਼ੀ ਮੰਗਣੀ ਚਾਹੀਦੀ, ਉਹਨਾਂ ਨੇ ਮਾਫ਼ੀ ਮੰਗ ਲਈ, ਫਿਰ ਮੰਗ ਹੋਣ ਲੱਗ ਪਈ ਕਿ ਇਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ। ਹੁਣ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਆ। ਐਂਥਨੀ ਮਾਈਕਲ ਗਰਾਡ ਰੋਟਾ ਮੈਂਬਰ ਪਾਰਲੀਮੈਂਟ ਨੇ, ਇਹ ਕੈਨੇਡੀਅਨ ਪੋਲੀਟੀਸ਼ੀਅਨਸ ਨੇ, ਓਨਟੈਰੀਓ ਤੋਂ ਮੈਂਬਰ ਪਾਰਲੀਮੈਂਟ ਨੇ, 37th ਸਪੀਕਰ, 37ਵੇਂ ਸਪੀਕਰ ਹਾਊਸ ਆਫ ਕਾਮਨਸ ਦੇ ਸੀਗੇ ਕੈਨੇਡਾ ਦੇ 19 ਤੋਂ ਲੈ ਕੇ 23 ਤੱਕ, 4 ਸਾਲ ਇਹ ਹੁਣ ਰਿਜ਼ਾਈਨ ਕਰਨ ਤੱਕ ਰਹੇ ਆ। ਇਹਨਾਂ ਨੇ ਰਿਜ਼ਾਈਨ ਕੀਤਾ ਸਪਤੰਬਰ 26 ਨੂੰ। ਲਿਬਰਲ ਪਾਰਟੀ ਦੇ ਮੈਂਬਰ ਰਹੇ ਔਰ ਇਸ ਵੇਲੇ ਇਹਨਾਂ ਨੇ ਮੈਂਬਰ ਆਫ ਪਾਰਲੀਮੈਂਟ ਸੀਗੇ ਰਾਈਡਿੰਗ ਨਿਪ ਸਿੰਘ ਟਮਿਕਸਕਿਊਇੰਗ ਤੋਂ, ਅਤੇ ਪਹਿਲਾਂ ਇਹਨਾਂ ਨੇ ਇਸ ਰਾਈਡਿੰਗ ਨੂੰ ਰੀਪ੍ਰਜੈਂਟ ਕੀਤਾ ਸੀ 2004 ਤੋਂ 2011 ਦੇ ਵਿੱਚ, ਅਤੇ 19 ਦੇ ਵਿੱਚ ਜਦੋਂ ਇਲੈਕਟ ਹੋਇਆ ਹਾਊਸ ਆਫ ਕਾਮਨਸ ਦੇ ਵਿੱਚ ਸਪੀਕਰ, 43ਵੀਂ ਪਾਰਲੀਮੈਂਟ ਸਿਲੈਕਟ ਹੋਈ 21 ਦੇ ਵਿੱਚ, ਅਤੇ ਫਿਰ ਰੀਇਲੈਕਟ ਹੋਏ 44ਵੀਂ ਪਾਰਲੀਮੈਂਟ ਦੇ ਵਿੱਚ। ਹੁਣ ਇਹਨਾਂ ਨੇ ਰਿਜ਼ਾਈਨ ਦੇ ਦਿੱਤਾ। ਕਾਫ਼ੀ ਵੱਡਾ ਨਾਂ ਸੀ ਰਿਪਬਲਿਕਨਸ ਦੇ ਵਿੱਚ ਇਹਨਾਂ ਦਾ, ਹਾਲਾਂਕਿ ਇਹਨਾਂ ਦਾ ਜਨਮ ਜਿਹੜਾ ਨੌਰਥ ਬੇ ਦੇ ਵਿੱਚ ਓਨਟਾਰੀਓ ਦੇ ਵਿੱਚ ਹੋਇਆ ਸੀ। ਇਹਨਾਂ ਦੇ ਆਰਟਸ ਦੀ ਇਹਨਾਂ ਦੇ ਕੋਲ ਬੈਚਲਰ ਆਫ ਆਰਟਸ ਦੀ ਡਿਗਰੀ ਹੈ, ਬਾਅਦ ਦੇ ਵਿੱਚ ਕਈ ਇਹਨਾਂ ਨੇ ਯੂਨੀਵਰਸਿਟੀ ਆਫ ਆਟਵਾ ਦੇ ਵਿੱਚ ਪੜ੍ਹਾਈ ਕੀਤੀ ਆ। ਇਹਨਾਂ ਨੇ ਇੰਡਸਟਰੀਅਲ ਰਿਸਰਚ ਅਸਿਸਟੈਂਸ ਪ੍ਰੋਗਰਾਮ ਦੇ ਵਿੱਚ ਵੀ ਕੰਮ ਕੀਤਾ ਓਨਟਾਰੀਓ ਦੇ ਵਿੱਚ। ਕਾਫ਼ੀ ਵੱਡਾ ਇਹਨਾਂ ਦਾ ਉਸ ਫੀਲਡ ਦੇ ਵਿੱਚ ਵੀ ਨਾਂ ਰਿਹਾ। ਜਾਂ ਪੋਲੀਟੀਕਲ ਕੈਰੀਅਰ ਸੀ ਇਹਨਾਂ ਦਾ ਮਿਊਂਸੀਪਲ ਲੈਵਲ ਦੇ ਉੱਤੇ ਸ਼ੁਰੂ ਹੋਇਆ ਸੀ, ਜਦੋਂ ਸਿਟੀ ਕੌਂਸਲਰ ਬਣਿਆ ਨੌਰਥ ਬੇ ਸਿਟੀ ਕੌਂਸਲ ਦੇ ਵਿੱਚ, ਅਤੇ ਉਹਦੇ ਤੋਂ ਬਾਅਦ ਫਿਰ ਹੌਲੀ ਹੌਲੀ ਇਹ ਅੱਗੇ ਵੱਧਦੇ ਗਏ, ਅਤੇ ਮੁੜ ਕੇ ਲਿਬਰਲ ਪਾਰਟੀ ਕੈਨੇਡਾ ਇਹਨਾਂ ਨੂੰ ਟਿਕਟ ਦਿੱਤੀ, ਅਤੇ 2004 ਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ। ਇਹਨਾਂ ਜਿਹੜੇ ਕੈਂਡੀਡੇਟ ਸੀਗੇ ਸੂਸਨ ਚਰਚ, ਉਹਨਾਂ ਨੂੰ ਇਹਨਾਂ ਨੇ ਕਾਫ਼ੀ ਵੋਟਾਂ ਦੇ ਨਾਲ ਹਰਾਇਆ ਸੀ। ਹੁਣ ਇਹਨਾਂ ਦੇ ਰਿਜ਼ਾਈਨ ਨੂੰ ਲੈ ਕੇ ਮੰਗ ਉੱਠ ਰਹੀ ਸੀ ਪਿਛਲੇ ਸਮੇਂ ਤੋਂ, ਜਿੱਥੇ ਆ 2 ਦਿਨਾਂ ਦਾ ਰੌਲਾ ਪਾਏ ਪੈ ਰਿਹਾ ਸੀ ਵਿਰੋਧੀ ਪਾਰਟੀ 'ਤੇ ਮੰਗ ਕਰਦੀ ਕਰਦੀ, ਇਹਨਾਂ ਦੇ ਆਪਣੇ ਮਿਨਿਸਟਰ ਵੀ ਮੰਗ ਕਰ ਰਹੇ ਸੀ। ਸੋ ਐਂਥਨੀ ਰੋਟਾ ਨੇ ਰਿਜ਼ਾਈਨ ਕਰ ਦਿੱਤਾ। ਬਹੁਤ ਵੱਡੀ ਪੋਜੀਸ਼ਨ ਹੁੰਦੀ ਹੈ ਸਪੀਕਰ ਦੀ ਹਾਊਸ ਆਫ ਕਾਮਨਸ ਦੇ ਵਿੱਚ, ਅਤੇ ਇਨਵੀਟੇਸ਼ਨ ਜਿਹੜਾ ਇਹਨਾਂ ਨੇ ਦਿੱਤਾ ਸੀ ਉਹਦੇ ਤੋਂ ਬਾਅਦ ਉਹਨੂੰ ਰੈਕੋਗਨਾਈਜ਼ ਕੀਤਾ ਸੀ, ਨਾਜ਼ੀ ਯੂਨਿਟ ਦੇ ਲਈ ਜਿਹੜਾ ਵਿਅਕਤੀ ਲੜਿਆ ਸੀ ਸੈਕਿੰਡ ਵਰਲਡ ਵਾਰ ਦੇ ਵਿੱਚ। ਇਹਨਾਂ ਨੇ ਜਿਹੜਾ ਕਿਹਾ ਕਿ ਜਦੋਂ ਕਿ ਸਾਰੇ ਮੰਗ ਕਰ ਰਹੇ ਆ ਅਤੇ ਹੁਣ ਮੈਂ ਉਹਨਾਂ ਦੀ ਕਦਰ ਕਰਦਾ ਅਤੇ ਮੈਂ ਰਿਜ਼ਾਈਨ ਕਰ ਰਿਹਾ ਹਾਂ। ਮੰਗਲਵਾਰ ਨੂੰ ਪਾਰਲੀਮੈਂਟ ਹਿੱਲ ਦੇ ਉੱਤੇ ਬਾਅਦ ਦੁਪਹਿਰ ਜਦੋਂ ਲਗਾਤਾਰ ਪ੍ਰੈਸ਼ਰ ਪੈ ਰਿਹਾ ਸੀ ਇਹਨਾਂ ਦੇ ਉੱਤੇ ਕਿ ਕੋਈ ਮਾਣ ਸਤਿਕਾਰ ਵਾਲੀ ਗੱਲ ਕਰੋ, ਅਹੁਦੇ ਦੀ ਜਿਹੜੀ ਮਾਣ ਹੈ ਉਹਨੂੰ ਬਰਕਰਾਰ ਰੱਖੋ, ਜੋ ਕੁਛ ਤੁਸੀਂ ਕੀਤਾ ਇਹ ਇਕੱਲੀ ਗਲਤੀ ਦੀ ਮਾਫ਼ੀ ਮੰਗਣ ਨਾਲ ਨਹੀਂ, ਸਰ ਨਾਲ ਰਿਜ਼ਾਈਨ ਕਰੋ। ਮਾਮਲਾ ਬੜਾ ਸਿੱਧਾ ਆ, 98 ਸਾਲ ਦਾ ਉਹ ਇਹਨਾਂ ਦੇ ਇਲਾਕੇ ਦਾ ਵਿਅਕਤੀ ਜਿਹੜਾ ਕਦੇ ਨਾਜ਼ੀਜ਼ ਲਈ ਲੜਿਆ ਸੀ, ਉਸ ਵਿਅਕਤੀ ਨੂੰ ਇਹਨਾਂ ਨੇ ਜਿਹੜਾ ਯਾਰੋਸਲਾਵ ਹੁੰਕਾ ਨੂੰ ਸੱਦ ਕੇ ਪਾਰਲੀਮੈਂਟ ਦੇ ਵਿੱਚ ਬਿਠਾਇਆ, ਉਦਣ ਜਿੱਦਣ ਵਲਾਦੀਮੀਰ ਜ਼ੇਲੈਂਸਕੀ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਉਹ ਹਾਊਸ ਆਫ ਕਾਮਨਸ ਦੇ ਵਿੱਚ ਆਏ ਸੀ, ਉੱਥੇ ਸੱਦ ਕੇ ਇਹਨਾਂ ਨੇ ਇਹ ਦੱਸਿਆ ਕਿ ਇਹ ਵਿਅਕਤੀ ਉਹ ਆ ਜਿਹੜਾ ਯੂਕਰੇਨ ਦੇ ਲਈ ਕਿਸੇ ਵੇਲੇ ਲੜਦੇ ਰਹੇ ਆ। ਨਾਜ਼ੀ ਤੁਸੀਂ ਸਾਰੇ ਜਾਣਦੇ ਆ, ਜਿਹੜੇ ਸੁਪਰਮਿਸ ਸੀਗੇ ਲੋਕ ਹਿਟਲਰ ਦੇ ਥੱਲੇ ਕੰਮ ਕਰਦੇ, ਜਾਂ ਇਸ ਕਿਸਮ ਦੀ ਇੱਕ ਥੋਟ ਕਿ ਅਸੀਂ ਉੱਚੇ ਹਾਂ, ਅਸੀਂ ਚੰਗੇ ਹਾਂ, ਬਾਕੀ ਸਾਰੇ ਮਾੜੇ ਆ, ਅਤੇ ਫਿਰ ਜੇ ਇਸ ਕਿਸਮ ਦਾ ਉਹਨਾਂ ਦਾ ਇਹਨਾਂ ਨੇ ਜੂਇਸ਼ ਕਮਿਊਨਿਟੀ ਦਾ ਜਿਹੜਾ ਕਹਿ ਲਓ ਉਹਨਾਂ ਦਾ ਜੈਨੋਸਾਈਡ ਕੀਤਾ ਗਿਆ ਉਹ ਸਾਰਾ ਦੁਨੀਆ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਲੋਕ ਜਾਣਦੇ ਨੇ, ਅਤੇ ਉਹਨਾਂ ਉਸ ਵਿਅਕਤੀ ਦਾ ਜਿਹੜਾ ਉਹਨਾਂ ਦੇ ਲਈ ਲੜਿਆ ਹੋਵੇ ਉਹਦਾ ਮਾਣ ਸਤਿਕਾਰ ਕਰਨਾ ਕੁਦਰਤੀ ਤੌਰ 'ਤੇ ਆ। ਫਿਰ ਇਹਦੀ ਗੱਲਬਾਤ ਉੱਠਣੀ ਸੀ, ਗੱਲ ਉੱਠੀ, ਮਾਫ਼ੀ ਮੰਗੀ, ਪ੍ਰਭਾਵ ਦੇ ਵਿੱਚ ਹੁਣ ਰਿਜ਼ਾਈਨ ਕਰ ਦਿੱਤਾ। ਯੂਕਰੇਨੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੇਲੈਂਸਕੀ ਨੇ ਜਿੱਦਣ ਪਾਰਲੀਮੈਂਟ ਨੂੰ ਪਿਛਲੇ ਫਰਾਈਡੇ ਅਡਰੈਸ ਕੀਤਾ ਸੀ ਉੱਦਣ ਰੌਲਾ ਪਿਆ ਸੀ। ਇਹਨਾਂ ਨੇ ਫਿਰ ਉੱਧਰ ਮਤਲਬ ਜਿਹੜੀ ਵਿਯਨ ਗੈਲਰੀ ਸੀਗੀ ਉੱਥੇ ਧਿਆਨ ਦਵਾਇਆ ਸੀਗਾ ਕਿ ਸਾਡੇ ਵੈਟਰਨ ਆ ਜਿਹੜੇ ਕੈਨੇਡੀਅਨ ਹੀਰੋ, ਅਤੇ ਉਹਨਾਂ ਨੂੰ ਉਹਨਾਂ ਨੇ ਮਤਲਬ ਕਿਹਾ ਸੀ ਵੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਯਾਰੋਸਲਾਵ ਹੁੰਕਾ 98 ਸਾਲ ਦੀ ਉਮਰ, ਯੂਕਰੇਨੀਅਨ ਵੈਟਰਨ ਜਿਹੜਾ ਵਲੰਟੀਅਰ ਸੀ ਯੂਨਿਟ ਜਿਹੜਾ ਨਾਜ਼ੀ ਕਮਾਂਡ ਦੇ ਥੱਲੇ ਸੀ, ਹੈ ਇੱਥੇ ਦੇ ਬੇ ਏਰੀਏ ਦੇ, ਹੈ ਇੱਥੇ ਦੇ ਓਨਟਾਰੀਓ ਦੇ,
ਕਿਸੇ ਵੇਲੇ ਉਹਨਾਂ ਦੇ ਲਈ ਲੜੇ ਸੀ, ਮਾਫੀ ਮੰਗੀ, ਗੱਲਬਾਤ ਬਣੀ ਨਹੀਂ, ਜਿਹੜਾ ਮਤਲਬ ਤਕਰਾਰ ਆ ਹੋਰ ਵੱਧ ਗਿਆ। ਜਿਊਇਸ਼ ਕਮਿਊਨਿਟੀ ਕੋਲ ਫਿਰ ਮਾਫੀ ਮੰਗੀ ਗਈ, ਜਿਹੜੇ ਐਮ ਪੀਜ ਨੇ ਉਹ ਇਸ ਗੱਲ ਦੇ ਉੱਤੇ ਸਹਿਮਤ ਹੋ ਗਏ ਸੀ ਵੀ ਇਸ ਗੱਲ ਨੂੰ ਵਾਪਸ ਲਿਆ ਜਾਵੇ, ਕਿਉਂਕਿ ਉਹਨੂੰ ਸੱਦਿਆ ਉਹਨਾਂ ਨੇ ਸੀ, ਜਿਹੜੀ ਟ੍ਰਿਬਿਊਟ ਆ ਉਹਨੂੰ ਵਿਦਡਰਾ ਕਰਨ ਦੇ ਉੱਤੇ ਸਹਿਮਤ ਹੋ ਗਏ ਸੀ। ਐਨ ਡੀ ਪੀ ਲੀਡਰ ਪੀਟਰ ਜੂਲੀਅਨ, ਜਿਹੜੇ ਪਹਿਲੇ ਇਹਨਾਂ ਦੀ ਕਾਲ ਸੀਗੀ ਰੋਟਾ ਨੂੰ ਰਿਜ਼ਾਈਨ ਕਰਨ ਦੀ, ਸੋਮਵਾਰ ਉਹਨਾਂ ਨੇ ਕਿਹਾ ਸੀ ਕਿ ਭਾਈ ਤੁਸੀਂ ਹੁਣ ਜੋ ਕੁਛ ਕਰਨਾ ਉਹਨੂੰ ਠੀਕ ਕਰੋ ਅਤੇ ਰਿਜ਼ਾਈਨ ਕਰ ਦਿਓ। ਇਹਦੇ ਤੋਂ ਬਾਅਦ ਫਿਰ ਬਾਕੀ ਗੱਲਬਾਤ ਵਧੀ ਸੀ, ਤਾਂ ਅਲਟੀਮੇਟਲੀ ਜਸਟਿਨ ਟਰੂਡੋ ਨੇ ਵੀ ਇਸ ਗੱਲ ਦੇ ਉੱਤੇ ਦੁੱਖ ਪ੍ਰਗਟ ਕੀਤਾ ਸੀ ਅਤੇ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਇਹ ਕਦੇ ਵੀ ਪਾਰਲੀਮੈਂਟ ਦੀ ਹਿਸਟਰੀ ਦੇ ਵਿੱਚ ਪਹਿਲਾਂ ਨਹੀਂ ਹੋਇਆ ਸੀ ਹਾਊਸ ਆਫ ਕਾਮਨਸ ਦੇ ਵਿੱਚ ਸਪੀਕਰ ਜਿਹੜਾ ਰਿਸਪੋਂਸੀਬਲ ਹੋਵੇ ਐਡਮਿਨਿਸਟ੍ਰੇਟਿਵ ਮੈਟਰਸ ਦੇ ਲਈ, ਅਤੇ ਇਹਦੇ ਨਾਲ ਹੀ ਉਹਨੇ ਆਰਡਰ ਮੇਨਟੇਨ ਕਰਨਾ ਹੁੰਦਾ ਉੱਥੇ ਸਾਰਾ ਕੁਛ ਦੇ ਲਈ, ਮਤਲਬ ਉਹ ਪਾਰਟੀਸ਼ਨ ਲਾਈਨ ਤੋਂ ਬਾਹਰ ਹੋ ਕੇ ਕੰਮ ਕਰਦਾ ਹੁੰਦਾ ਸਪੀਕਰ ਬਹੁਤ ਵਾਰੀ, ਅਤੇ ਇਸ ਤਰੀਕੇ ਨਾਲ ਉਹਨੇ ਕੀਤਾ ਹੋਵੇ। ਉਹ ਤੋਂ ਬਾਅਦ ਮਾਫ਼ੀ ਮੰਗਣੀ ਪਈ ਹੋਵੇ ਅਤੇ ਫਿਰ ਰਿਜ਼ਾਈਨ ਕਰਨਾ ਪਿਆ ਹੋਵੇ, ਆਪਣੇ ਆਪ ਦੇ ਵਿੱਚ ਬਹੁਤ ਵੱਡੀ ਘਟਨਾ ਹੈ। ਇਹਦੇ ਉੱਤੇ ਹਜੇ ਹੋਰ ਕਾਫ਼ੀ ਦੇਰ ਚਰਚਾ ਹੋਊਗੀ। ਜਿਹੜੇ ਲੋਕ ਜਿਨ੍ਹਾਂ ਨੂੰ ਮਾਰਿਆ ਗਿਆ ਸੀ, ਜਿਨ੍ਹਾਂ ਦੀ ਕਮਿਊਨਿਟੀ ਨੂੰ, ਜਿਊਇਸ਼ ਕਮਿਊਨਿਟੀ ਖਾਸ ਤੌਰ ਦੇ ਉੱਤੇ, ਉਸ ਵਰਲਡ ਵਾਰ ਟੂ ਦੇ ਵਿੱਚ ਨਾਜ਼ੀਜ਼ ਨੇ ਜੋ ਕੁਛ ਕੀਤਾ ਸੀ, ਉਹ ਸਾਰੇ ਕੁਛ ਉਹਨਾਂ ਤੋਂ ਇੱਕ ਵਾਰੀ ਮੁਆਫ਼ੀ ਵੀ ਮੰਗੀ ਗਈ ਹੈ, ਅਤੇ ਉਹਨਾਂ ਨੇ ਮੰਗ ਵੀ ਉਸ ਦਿਨ ਤੋਂ ਚੱਕਣੀ ਸ਼ੁਰੂ ਕਰ ਦਿੱਤੀ ਸੀ ਕਿ ਇਹੋ ਜਿਹੇ ਬੰਦੇ ਨੂੰ ਤੁਸੀਂ ਹਾਊਸ ਆਫ ਕਾਮਨਸ ਦੀ ਵਿਊਇੰਗ ਗੈਲਰੀ ਦੇ ਵਿੱਚ ਲਿਆ ਕੇ ਅਤੇ ਤੁਸੀਂ ਦੋ ਵਾਰੀ ਖੜ੍ਹੇ ਹੋ ਕੇ ਤਾੜੀਆਂ ਮਾਰ ਰਹੇ ਹਾਂ, ਇਹ ਕਹਿ ਰਹੇ ਹਾਂ ਕਿ ਧੰਨਵਾਦ ਆ ਇਹਦਾ ਅਤੇ ਉਹਨੂੰ ਸਨਮਾਨਿਤ ਕਰਨ ਦੀ ਗੱਲਬਾਤ ਕਰ ਰਹੇ ਹਾਂ, ਇਹ ਸਹਿਣਯੋਗ ਨਹੀਂ ਹੈ। ਮੰਗ ਉੱਠੀ ਅਤੇ ਮੰਗ ਉੱਠਣ ਤੋਂ ਬਾਅਦ ਫਿਰ ਕੁਦਰਤੀ ਆ ਕਿ ਇਹਦੇ ਤੋਂ ਬਾਅਦ ਜਿਹੜੇ ਰੌਬ ਸ਼ੈਲਡਰ ਨੇ, ਇਹਨਾਂ ਨੇ ਆਪਣਾ ਕੈਂਸਲ ਕੀਤੀ ਵਿਜ਼ਿਟ ਕੈਨੇਡਾ ਦੇ ਵਿੱਚ। ਲਾਸਟ ਵੀਕ ਇੰਸੀਡੈਂਟ ਜੋ ਕੁਛ ਯੂਕਰੇਨੀਅਨ ਵੈਟਰਨ ਨੂੰ ਉੱਥੇ ਕੀਤਾ ਗਿਆ, ਇਹਨਾਂ ਨੇ ਵੀ ਆਪਣਾ ਇਹ ਕੈਨੇਡਾ ਦੇ ਵਿੱਚ ਆਉਣਾ ਸੀ, ਇਹ ਵਿਜ਼ਿਟ ਇਹਨਾਂ ਨੇ ਆਪਣੀ ਇਸ ਗੱਲ ਕਰਕੇ ਕੈਂਸਲ ਕਰ ਦਿੱਤੀ ਹੈ, ਯਾਰੋਸਲੇਵ ਹੁੰਕਾ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਲਿਆਉਣ ਦੇ ਲਈ। ਕਾਫ਼ੀ ਹੱਦ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਗੱਲ ਦਾ ਵਿਰੋਧ ਹੋਇਆ। ਲੱਗਦਾ ਕਿ ਇਹਨਾਂ ਦੇ ਰਿਜ਼ਾਈਨ ਦੇ ਨਾਲ ਗੱਲਬਾਤ ਠੰਡੀ ਪੈ ਜੂਗੀ, ਪਰ ਅਜੇ ਇਹਦੀ ਚਰਚਾ ਸਾਰੀਆਂ ਅਖਬਾਰਾਂ ਦੇ ਵਿੱਚ ਕੀਤੀ ਜਾ ਰਹੀ ਹੈ। ਦੂਜੀ ਗੱਲਬਾਤ ਅੱਜ ਜਿਹੜੀ ਕਰਨੀ ਹੈ ਆਪਾਂ, ਉਹ ਟੋਰਾਂਟੋ ਦੇ ਵਿੱਚ ਕੁਛ ਥਾਵਾਂ ਦੇ ਉੱਤੇ ਕਸਟਮਰ ਨੂੰ ਅਲਾਓ ਕੀਤਾ ਜਾ ਰਿਹਾ ਕਿ ਪ੍ਰੋਡਕਟ ਲੈਂਦੇ ਆ ਉਹ, ਅਤੇ ਕੋਈ ਚੈੱਕਆਊਟ ਲਾਈਨ ਜਾਂ ਕੈਸ਼ੀਅਰ ਹੈ ਨਹੀਂ। ਦੁਨੀਆ ਤਰੱਕੀ ਬਹੁਤ ਕਰ ਗਈ ਆ, ਖਾਸ ਕਰ ਆਰਟੀਫਿਸ਼ਲ ਇੰਟੈਲੀਜੈਂਸ। ਅਸੀਂ ਜਾਣਦੇ ਹਾਂ ਕਿ ਸਿੱਧਾ ਸਿੱਧਾ ਜਦੋਂ ਅਸੀਂ ਕਿਤੇ ਕੁਛ ਸਟੋਰ ਦੇ ਉੱਤੇ ਲੈਣ ਜਾਂਦੇ ਹਾਂ, ਦੋ ਤਿੰਨ ਤਰੀਕੇ ਆ ਪੈਸੇ ਦੇਣ ਦੇ। ਆਪਾਂ ਸਟੋਰ ਦੇ ਉੱਤੇ ਸਮਾਨ ਚੱਕਦੇ ਹਾਂ, ਆਪਣੀ ਕਾਰਟ ਦੇ ਵਿੱਚ ਰੱਖਦੇ ਹਾਂ, ਜਾਂ ਤਾਂ ਲਾਈਨ ਦੇ ਵਿੱਚ ਲੱਗ ਜਾਓ ਅਤੇ ਟੈਲਰ ਦੇ ਉੱਤੇ ਜਿਹੜਾ ਵਿਅਕਤੀ ਖੜਾ ਆ ਉੱਥੇ ਉਹਨੂੰ ਦੇ ਦਿਓ, ਤੁਹਾਡਾ ਬਿੱਲ ਕੱਟ ਕੇ ਤੁਹਾਡੇ ਹੱਥ 'ਚ ਫੜਾ ਦਿੰਦਾ, ਤੁਸੀਂ ਕਾਰਡ ਨਾਲ ਜਾਂ ਕੈਸ਼ ਪੇ ਕਰ ਦਿੰਦੇ ਹਾਂ। ਜਾਂ ਇਹ ਤਰੀਕਾ ਹੁੰਦਾ ਕਿ ਤੁਸੀਂ ਸੈਲਫ ਚੈੱਕਆਊਟ ਦੇ ਉੱਤੇ ਚਲੇ ਜਾਂਦੇ, ਆਪਣੇ ਆਪ ਚਲੇ ਜਾਂਦੇ ਮਸ਼ੀਨ ਦੇ ਉੱਤੇ, ਅਤੇ ਤੁਸੀਂ ਉਹ ਲਾ ਕੇ ਆਪਣੇ ਉਹਦੀ ਸਕੈਨ ਕਰੀ ਜਾਂਦੇ ਹਾਂ, ਅਤੇ ਬਾਅਦ ਦੇ ਵਿੱਚ ਇੰਨਾ ਬਿੱਲ ਬਣਦਾ ਉਹ ਦੇ ਕੇ ਆ ਜਾਂਦੇ ਹਾਂ। ਹੁਣ ਅਗਲਾ ਸਟੈਪ ਆ, ਅਗਲੀ ਗੱਲਬਾਤ ਇਹ ਹੋਰ ਵੀ ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ। ਕਈ ਲੋਕ ਤਾਂ ਲਾਈਨ ਤੋਂ ਡਰਦੇ ਆ ਵੀ ਉਹ ਕੈਸ਼ੀਅਰ ਵਾਲੀ ਲਾਈਨ ਦੇ ਉੱਤੇ ਜਾ ਕੇ ਟੈਲਰ ਦੇ ਉੱਤੇ ਖੜ੍ਹੇ ਹੋਵਾਂਗੇ, ਕਿਹੜੀ ਲੰਬੀ ਲਾਈਨ ਹੁੰਦੀ ਆ, ਕਿੰਨਾ ਕਿੰਨਾ ਸਮਾਨ ਹੁੰਦਾ, ਵੇਟ ਕਰਨੀ ਪੈਂਦੀ ਆ। ਜਿਹੜਾ ਸੈਲਫ ਚੈੱਕਆਊਟ ਆ ਉਹ ਤੋਂ ਕਈ ਲੋਕ ਇਸ ਕਰਕੇ ਡਰਦੇ ਵੀ ਉੱਥੇ ਕਈ ਵਾਰੀ ਗਲਤ ਹੋ ਜਾਂਦਾ, ਪਤਾ ਨਹੀਂ ਲੱਗਦਾ, ਅਤੇ ਫਿਰ ਉਹ ਲੰਬਾ ਝੰਝਟ ਪੈ ਜਾਂਦਾ। ਦੋਵਾਂ ਚੀਜ਼ਾਂ ਦਾ ਹੱਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਣਾ ਕਿ ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ। ਸਟੋਰ ਦੇ ਵਿੱਚ ਜਾਓ, ਸਮਾਨ ਚੱਕੋ ਅਤੇ ਘਰ ਚਲੇ ਜਾਓ, ਪੈਸੇ ਉਹਨਾਂ ਨੇ ਆਪ ਹੀ ਕੱਟ ਲੈਣੇ ਤੁਹਾਡੇ। ਇਹ ਸੁਣਨ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਲੱਗਦੀ ਆ, ਪਰ ਜਿਹੜੇ ਲੋਕ ਇਹਨਾਂ ਵੇਟਿੰਗ ਲਾਈਨ ਤੋਂ ਜਿਹੜੇ ਬਹੁਤ ਅੱਕੇ ਹੋ ਆ ਜਾ, ਉਹਨਾਂ ਦੇ ਲਈ ਇਹ ਚੰਗੀ ਖਬਰ ਆ ਕਿ ਤੁਹਾਨੂੰ ਕਿਸੇ ਵੀ ਥਾਂ ਦੇ ਉੱਤੇ ਜਾਣ ਦੀ ਲੋੜ ਨਹੀਂ। ਇਹਦਾ ਇੱਕ ਸਲਿਊਸ਼ਨ ਜਿਹੜਾ ਰਿਟੇਲ ਸ਼ੋਪਿੰਗ ਦੇ ਲਈ ਆ ਕਿ ਤੁਸੀਂ ਸਮਾਨ ਚੱਕੋ ਅਤੇ ਬਾਹਰ ਜਾ ਸਕਦੇ ਆ। ਤੁਹਾਨੂੰ ਮਤਲਬ ਜਿੱਦਾਂ ਵੈਸੇ ਤਾਂ ਤੁਸੀਂ ਸਮਾਨ ਚੱਕ ਕੇ ਬਾਹਰ ਜਾਓਗੇ, ਤੁਹਾਨੂੰ ਅਰੈਸਟ ਕਰ ਲੈਣਗੇ ਜੇ ਕੋਈ ਗੱਲਬਾਤ ਹੋ ਜੂਗੀ। ਜਿਹੜੇ ਪਹਿਲੀ ਵਾਰ ਜਿਹੜੀ ਗ੍ਰੇਟ ਵਾਈਟ ਨੌਰਥ ਦੇ ਵਿੱਚ ਐਮਾਜ਼ੋਨ ਦਾ ਚੈੱਕਆਊਟ ਫਰੀ ਟੈਕਨੋਲੋਜੀ ਯੂਜ਼ ਕੀਤੀ ਜਾ ਰਹੀ ਆ, ਕੈਮਰੇ ਅਤੇ ਆਰਟੀਫਿਸ਼ਲ ਇੰਟੈਲੀਜੈਂਸ, ਇਹ ਦੇਖਣ ਦੇ ਲਈ ਵੀ ਕਿਹੜੇ ਬੰਦੇ ਨੇ ਕੀ ਚੱਕਿਆ। ਤੁਸੀਂ ਸਟੋਰ ਦੇ ਅੰਦਰ ਜਾਣਾ, ਜਾਣ ਤੋਂ ਪਹਿਲਾਂ ਆਪਣਾ ਕਾਰਡ ਸਕੈਨ ਕਰ ਲੈਣਾ, ਤੁਹਾਡਾ ਕਾਰਡ ਉੱਥੇ ਚਲੇ ਗਿਆ, ਹੁਣ ਉਹਨੇ ਕੈਮਰੇ ਨੇ ਪਛਾਣ ਲਿਆ ਵੀ ਆਹ ਬੰਦਾ ਆ ਅਤੇ ਆਹ ਕਾਰਡ ਆ। ਇਹਦੇ ਤੋਂ ਬਾਅਦ ਕੈਮਰੇ ਦਾ ਕੰਮ ਆ ਵੀ ਉਹ ਸਾਰੇ ਜਿੰਨੇ ਕੈਮਰੇ ਤੁਹਾਨੂੰ ਫੋਲੋ ਕਰੀ ਜਾਂਦੇ, ਤੁਸੀਂ ਮੰਨ ਲਓ ਇੱਕ ਸਟੋਰ ਦੇ ਉੱਤੋਂ ਬ੍ਰੈਡ ਚੱਕ ਲਈ, ਇੱਕ ਕਾਇਲ ਦੇ ਵਿੱਚੋਂ ਤੁਸੀਂ ਮੈਡੀਸਨ ਚੱਕ ਲਈ, ਇੱਕ ਥਾਂ ਦੇ ਉੱਤੋਂ ਤੁਸੀਂ ਮੰਨ ਲਓ ਪਾਣੀ ਚੱਕ ਲਿਆ ਜਾਂ ਕੁਛ ਵੀ ਦੁੱਧ ਚੱਕ ਲਿਆ, ਉਹ ਆਟੋਮੈਟਿਕਲੀ ਕੈਮਰਾ ਦੇਖ ਰਿਹਾ ਹੈ ਕਿ ਤੁਸੀਂ ਕਿਹੜੀ ਚੀਜ਼ ਚੱਕੀ ਹੈ ਅਤੇ ਕਿੱਥੇ ਪਈ ਹੈ ਅਤੇ ਉਹ ਕਿੰਨੇ ਦੀ ਆ, ਅਤੇ ਤੁਸੀਂ ਚੱਕ ਕੇ ਸਾਰਾ ਕਾਰਟ ਦੇ ਵਿੱਚ ਰੱਖਿਆ ਅਤੇ ਤੁਸੀਂ ਬਾਹਰ ਨਿਕਲ ਗਏ। ਉਹਨੇ ਆਪਣੇ ਆਪ ਹੀ ਜਿਹੜਾ ਕਾਰਡ ਤੁਸੀਂ ਸ਼ੁਰੂ ਦੇ ਵਿੱਚ ਅੰਦਰ ਵੜਨ ਲੱਗੇ ਸਕੈਨ ਕੀਤਾ ਸੀ, ਉਹਦੇ ਵਿੱਚੋਂ ਸਾਰੇ ਪੈਸੇ ਤੁਹਾਡੀ ਮਨੀ ਜਿਹੜੀ ਆਪਣੇ ਆਪ ਹੀ ਕੱਟ ਲੈਣੀ ਆ, ਤੁਹਾਨੂੰ ਨਾ ਕਿਤੇ ਲਾਈਨ 'ਚ ਲੱਗਣ ਦੀ ਲੋੜ ਆ, ਨਾ ਬਿੱਲ ਕਟਾਉਣ ਦੀ ਲੋੜ ਆ। ਕੁਛ ਥਾਵਾਂ ਦੇ ਉੱਤੇ ਤਜਰਬਾ ਕੀਤਾ ਗਿਆ, ਬਹੁਤ ਕਾਮਯਾਬ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਥਾਂ ਦੇ ਉੱਤੇ ਇਹ ਕੁਛ ਲਗਭਗ ਲੱਗਦਾ ਆ ਕਿ ਹੋ ਜਾਣਾ।
ਸੋ ਜਦੋਂ ਤੁਸੀਂ ਜਾਣੇ ਆ ਮਤਲਬ ਕਈ ਥਾਵਾਂ ਦੇ ਉੱਤੇ ਤੁਸੀਂ ਤੁਸੀਂ ਜਿਹੜਾ ਆ ਫਰਾਈਡੇ ਕੈਲਗਰੀ ਦੇ ਵਿੱਚ ਫਲੇਮਸ ਫੈਨ ਜਿਹੜੇ ਮਾਰਕੀਟ 1-2-3 ਸਕੋਸ਼ੀਆ ਬੈਂਕ ਸੈਡਲੋਨ ਦੇ ਵਿੱਚ ਉਹਦੇ ਤੋਂ ਬਾਅਦ ਟੋਰਾਂਟੋ ਦੇ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਇਸੇ ਤਰ੍ਹਾਂ ਹੋਮਸ ਟੂ ਮੈਪਲ ਲੀਫਸ ਰੈਪਟਰਸ ਦੇ ਵਿੱਚ ਅਕਤੂਬਰ 10 ਤੋਂ ਪਹਿਲੀ ਵਾਰੀ ਗ੍ਰੀਨਸ ਐਂਡ ਗ੍ਰੀਨਸ 100 ਲੈਵਲ ਦੇ ਉੱਤੇ ਮਿਸ਼ਨ ਮਾਰਕੀਟ ਦੇ ਉੱਤੇ 300 ਲੈਵਲ ਦੇ ਉੱਤੇ ਐਮਾਜ਼ਨ ਇਹ ਕਹਿੰਦੀ ਆ ਕਿ ਕਈ ਲੋਕੇਸ਼ਨ ਦੇ ਉੱਤੇ ਅਸੀਂ ਇਹ ਸਾਰਾ ਕੁਛ ਜਸਟ ਵਾਕਆਊਟ ਸ਼ੋਪਿੰਗ ਐਕਸਪੀਰੀਅੰਸ ਦੇਣਾ ਚਾਹੁੰਦੇ ਇਹਦਾ ਨਾਂ ਇਹਨਾਂ ਨੇ ਰੱਖਿਆ ਜਸਟ ਵਾਕਆਊਟ ਸ਼ੋਪਿੰਗ ਸਮਾਨ ਚੱਕੋ ਅਤੇ ਤੁਰ ਜਾਓ ਪੈਸੇ ਕਿੰਨੇ ਕੱਟਣੇ ਆ ਕੀ ਕਰਨਾ ਰਸੀਦ ਤੁਹਾਨੂੰ ਬਾਅਦ 'ਚ ਘਰ ਆ ਜਾਊਗੀ ਤੁਸੀਂ ਆਉਣ ਲੱਗੇ ਉੱਥੋਂ ਵੀ ਲੈ ਸਕਦੇ ਆ ਪਰ ਤੁਹਾਨੂੰ ਜ਼ਰੂਰਤ ਨਹੀਂ ਆ ਇੱਦਾਂ ਕਰਨ ਦੀ ਜੇ ਇੱਥੇ ਤੁਹਾਡੇ ਕਾਰਡ ਦੇ ਉੱਤੇ ਉਹਦੇ ਰੈਕਡ ਜਿਹੜਾ ਤੁਹਾਡੇ ਉੱਤੇ ਆ ਜਾਊਗਾ ਐਮਾਜ਼ੋਨ ਦੀ ਟੈਕਨੋਲੋਜੀ ਇਹ ਅੱਛਾ ਇਹ ਟੈਕਨੋਲੋਜੀ ਨਵੀਂ ਨਹੀਂ ਆ ਮੈਨੂੰ 5 ਸਾਲ ਹੋ ਗਏ ਕੰਮ ਕਰਦਿਆਂ ਨੂੰ 2018 ਦੇ ਵਿੱਚ ਅਮੈਰੀਕਾ ਦੇ ਵਿੱਚ ਪਹਿਲੀ ਵਾਰ ਐਮਾਜ਼ਨ ਫਿਜ਼ੀਕਲ ਗੋ ਪੋਪ ਅਪ ਕਨਵੀਨੀਅੰਸ ਸਟੋਰ ਸੀਗੇ ਅਤੇ ਕਈ ਜਿਹੜੇ ਐਮਾਜ਼ਨ ਫਰੈਸ਼ ਅਤੇ ਹੋਲ ਫੂਡ ਮਾਰਕੀਟ ਸਟੋਰ ਸੀਗੇ ਇਹਨੂੰ ਅਡੋਪਟ ਕੀਤਾ ਥਰਡ ਪਾਰਟੀ ਰਿਟੇਲਰਸ ਦੇ ਜੇ ਕਾਲਜ ਕੈਂਪਸ ਦੇ ਵਿੱਚ ਥੀਮ ਪਾਰਕ ਸਟੇਡੀਅਮਸ ਦੇ ਵਿੱਚ ਬੋਸਟਨ ਟੀਡੀ ਗਾਰਡਨ ਇਸੇ ਤਰ੍ਹਾਂ ਹੋਰ ਕਿ ਸਿਆਟਲ ਦੇ ਵਿੱਚ ਵੀ ਇਹ ਚੀਜ਼ ਹੈਗੀ ਆ ਜਸਟ ਵਾਕਆਊਟ ਦੇ ਨਾਲ ਜਿਹੜਾ ਇਹ ਹੈਗਾ ਯੂਕੇ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਪਿਛਲੇ ਸਪਰਿੰਗ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਤਜਰਬੇ ਆ ਉਹ ਕੀਤੇ ਗਏ ਆ ਅਤੇ ਇਹ ਜਿਹੜਾ ਨਵਾਂ ਫਾਰਮੈਟ ਆ ਕੰਮ ਕਰਨ ਦਾ ਕਿ ਤੁਸੀਂ ਇਸ ਕਿਸੇ ਵੀ ਸਪੋਰਟਡ ਸਟੋਰ ਦੇ ਵਿੱਚ ਜਾਓ ਉੱਥੇ ਤੁਸੀਂ ਮੋਬਾਈਲ ਨਾਲ ਵੀ ਸਕੈਨ ਕਰ ਲਓ ਪਹਿਲਾਂ ਜਿਹੜਾ ਤੁਹਾਡਾ ਮੋਬਾਈਲ ਵਾਲਟ ਆ ਜਾਂ ਐਪਲ ਪੇ ਆ ਗੂਗਲ ਪੇ ਆ ਜਾਂ ਕੋਈ ਵੀ ਆ ਉਹ ਸਾਰਾ ਕੁਛ ਉੱਥੇ ਕੰਮ ਕਰਦਾ ਤੁਹਾਨੂੰ ਐਮਾਜ਼ੋਨ ਦਾ ਕਾਰਡ ਜਿਹੜਾ ਅਕਾਊਂਟ ਨਹੀਂ ਚਾਹੀਦਾ ਉਹ ਰਿਕੁਆਇਰਡ ਨਹੀਂ ਹੈ ਤੁਸੀਂ ਸਿਰਫ ਉੱਥੇ ਜਾ ਸਕਦੇ ਹੋ ਹੁਣ ਲੋਕਾਂ ਨੂੰ ਖਤਰਾ ਇਹ ਆ ਵੀ ਇਹ ਤਾਂ ਸਾਡੀ ਫਿਰ ਪ੍ਰਾਈਵੇਸੀ ਹੈ ਸਾਡੀ ਤਾਂ ਸ਼ਕਲ ਰਿਕਾਰਡ ਕਰ ਲਿਓ ਕਹਿੰਦੇ ਇੱਦਾਂ ਨਹੀਂ ਆ ਕੈਮਰਾ ਤੁਹਾਨੂੰ ਰੈਕੋਗਨਾਈਜ਼ ਉਦੋਂ ਹੀ ਕਰੂਗਾ ਜਦੋਂ ਤੁਸੀਂ ਅੰਦਰ ਜਾਣ ਵੇਲੇ ਆਪਣਾ ਕਾਰਡ ਸਕੈਨ ਕੀਤਾ ਅਤੇ ਉਹਦੇ ਤੋਂ ਬਾਅਦ ਕੈਮਰਾ ਭੁੱਲ ਜਾਂਦਾ ਮਤਲਬ ਤੁਸੀਂ ਜਦੋਂ ਸਮਾਨ ਲੈ ਕੇ ਬਾਹਰ ਚਲੇ ਗਏ ਉਹਦੇ ਤੋਂ ਬਾਅਦ ਕੈਮਰੇ ਦੇ ਵਿੱਚ ਕੋਈ ਰਿਕਾਰਡ ਨਹੀਂ ਰਹਿੰਦਾ ਤੁਹਾਡੇ ਕੋਈ ਵੀਡੀਓ ਫੁਟੇਜ ਨਹੀਂ ਰਹਿੰਦੀ ਤੁਹਾਡੇ ਫੇਸ ਦੀ ਜਾਂ ਕੁਛ ਵੀ ਦੁਬਾਰਾ ਜਾਊਂਗੇ ਅਤੇ ਦੁਬਾਰਾ ਸਾਰਾ ਕੁਛ ਕਰੂਗਾ ਪਲੱਗੇ ਤੁਹਾਡੇ ਰੈਕਡ ਨੂੰ ਇਹ ਨਹੀਂ ਰੱਖੂਗਾ ਇਹ ਦੱਸੀ ਤਾਂ ਜਾ ਰਹੀ ਹੈ ਪਰ ਲੋਕ ਚਿੰਤਤ ਆ ਵੀ ਇੱਦਾਂ ਹੋਣਾ ਤਾਂ ਨਹੀਂ ਆ ਸੋ ਕੰਮ ਹੈ ਵੀ ਵੈਸੇ ਬੜਾ ਸਿੱਧਾ ਜਿਹਾ ਵੀ ਇਹ ਬੰਦਾ ਆ ਸਿਰਫ ਉਹੀ ਰੈਕੋਗਨਾਈਜ਼ ਕਰਨਾ ਫੇਸ ਤੋਂ ਅਤੇ ਕਿਹੜੇ ਕਿਹੜੇ ਆਇਲ ਦੇ ਵਿੱਚ ਕਿੰਨੇ ਕਿੰਨੇ ਦਾ ਸਮਾਨ ਪਿਆ ਉਹ ਬੜਾ ਕਲੀਅਰ ਆ ਅਤੇ ਕਿੱਥੋਂ ਕਿੱਥੋਂ ਚੱਕਦਾ ਅਤੇ ਕਿੰਨੇ ਦਾ ਉਹ ਹੈਗਾ ਅਤੇ ਆਟੋਮੈਟਿਕਲੀ ਬਿੱਲ ਕੱਟਿਆ ਜਾਊਗਾ ਅਤੇ ਤੁਸੀਂ ਬਾਹਰ ਹੋ ਜਾਓਗੇ ਸੁਣਦੇ ਹੁੰਦੇ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਪਰ ਇਸ ਜ਼ਮਾਨੇ ਦੇ ਵਿੱਚ ਜਿਹੜੀਆਂ ਇਹ ਆਮ ਹੋਣਗੀਆਂ ਅਤੇ ਕੁਦਰਤੀ ਤੌਰ ਦੇ ਉੱਤੇ ਜਿਹੜਾ ਇਹਦਾ ਫਾਇਦਾ ਹੋਊਗਾ ਪਹਿਲਾਂ ਇਹਦੇ ਵਿੱਚ ਕੁਛ ਗਲਿਚਸ ਵੀ ਆਉਣਗੇ ਕੁਛ ਸਮੱਸਿਆ ਵੀ ਆਉਣਗੀਆਂ ਪਰ ਉਹਦੇ ਤੋਂ ਬਾਅਦ ਲੱਗਦਾ ਹੈ ਕਿ ਸਾਰਾ ਕੁਛ ਠੀਕ ਠਾਕ ਹੋਊਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਗਭਗ ਹਰ ਸਟੋਰ ਦੇ ਉੱਤੇ ਟੈਕਨੋਲੋਜੀ ਹੋ ਜਾਣੀ ਹੈ ਤੁਸੀਂ ਸਟੋਰ ਦੇ ਵਿੱਚ ਜਾਓ ਸਮਾਨ ਚੱਕੋ ਬਾਹਰ ਜਾਓ ਕਿਤੇ ਵੀ ਤੁਹਾਨੂੰ ਬਿੱਲ ਕਰਾਉਣ ਦੀ ਲੋੜ ਨਹੀਂ ਬਿੱਲ ਤੁਹਾਡਾ ਆਪਣੇ ਆਪ ਕੱਟਿਆ ਜਾਊਗਾ ਅਗਲੀ ਗੱਲਬਾਤ ਦੋਸਤੋ ਜਿਹੜੀ ਕਰਨੀ ਹੈ ਐਡਮਿੰਟਨ ਦੇ ਵਿੱਚ ਕਈ ਥਾਵਾਂ ਦੇ ਉੱਤੇ ਕ੍ਰਾਈਮ ਵੱਧ ਗਿਆ ਵਾਇਲੈਂਸ ਵੱਧ ਗਈ ਹੈ ਚੋਰੀਆਂ ਵੱਧ ਗਈਆਂ ਜਿਹੜੀਆਂ ਦੁਕਾਨਾਂ ਦੀ ਤੋੜ ਭੰਨ ਵੱਧ ਗਈ ਆ ਜਿਹੜੇ ਐਡਮਿੰਟਨ ਦੇ ਵਿੱਚ ਇੱਕ ਗਰੁੱਪ ਆ ਉਹਨਾਂ ਨੇ ਸਿਗਨੇਚਰ ਕਰਕੇ ਅਤੇ ਇਹ ਕਿਹਾ ਵੀ ਸਾਡੀ ਹੈਲਪ ਕੀਤੀ ਜਾਵੇ ਕੱਲ੍ਹ ਅਸਲ ਦੇ ਵਿੱਚ ਜਿਹੜੇ ਓਲਡ ਸੈਥਕੋਨਾ ਬਿਜ਼ਨਸ ਐਸੋਸੀਏਸ਼ਨ ਆ ਉਸ ਵੀ ਹੈ ਉਸ ਬਾ ਉਹਨਾਂ ਨੇ ਇੱਕ ਲੈਟਰ ਕੰਪੇਨ ਲਾਂਚ ਕੀਤੀ ਹੈ ਸਿਟੀ ਨੂੰ ਇਹ ਕਿਹਾ ਕਿ ਸਰਕਾਰ ਕਿਸੇ ਤਰ੍ਹਾਂ ਸਾਡੀ ਮਦਦ ਕਰੇ ਸੇਫਟੀ ਅਤੇ ਜਿਹੜੀ ਕਮਿਊਨਿਟੀ ਰਿਸਪੋਂਸ ਟਾਸਕ ਫੋਰਸ ਉਹਨਾਂ ਨੂੰ ਹੈਲਪ ਕਰਨ ਦੇ ਲਈ ਕਿਹਾ ਗਿਆ ਉਹ ਕਹਿੰਦੇ ਚੈਲੰਜ ਬਹੁਤ ਵੱਡਾ ਆ ਪਬਲਿਕ ਸੇਫਟੀ ਦਾ ਐਸੋਸੀਏਸ਼ਨ ਇਹ ਕਹਿ ਰਹੇ ਬਿਜ਼ਨਸ ਵਾਲੇ ਵੀ ਦੂਜੇ ਦਿਨ ਹੀ ਕੋਈ ਨਾ ਕੋਈ ਇਹੋ ਜਿਹੀ ਗੱਲ ਹੋ ਜਾਂਦੀ ਹੈ ਕਿ ਕੋਈ ਸ਼ੀਸ਼ਾ ਤੋੜ ਕੇ ਅੰਦਰ ਵੜ ਗਿਆ ਅਤੇ ਕੋਈ ਚੋਰੀ ਕਰਕੇ ਚਲੇ ਗਿਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣਾ ਚਾਹੀਦਾ ਐਸੋਸੀਏਸ਼ਨ ਇਹ ਕਹਿ ਰਹੀ ਆ ਕਿ 7 ਦਿਨ ਵੀਕ ਦੇ ਵਿੱਚ ਪੁਲਿਸਿੰਗ ਚਾਹੀਦੀ ਆ ਜਿਹੜੀ ਸਟਰੀਟ ਦੇ ਉੱਤੇ ਹੋਵੇ ਅਤੇ ਬਿਜ਼ਨਸ ਦੇ ਨਾਲ ਜਿਹੜੇ ਮਾਰਜਨਲਾਈਜ਼ ਪਾਪੂਲੇਸ਼ਨ ਆ ਘੱਟੋ ਘੱਟ ਉਹਨਾਂ ਦੇ ਨਾਲ ਇਹ ਮਿਲ ਕੇ ਕੰਮ ਕਰੇ ਇਹ ਵੀ ਕਹਿ ਰਿਹਾ ਕਿ ਸਿਟੀ ਆਫ ਐਡਮਿੰਟਨ ਜਿਹੜੀ ਸਿਕਿਉਰਿਟੀ ਕੈਮਰਾਜ਼ ਆ ਉਹ ਲਾਵੇ ਜਾਂ ਟੈਂਪਰ ਪਰੂਫ ਵੇਸਟ ਬਿਨਸ ਹੋਣ ਜਾਂ ਜਿਹੜੇ ਜਿਹੜੇ ਬ੍ਰੋਕਨ ਵਿੰਡੋ ਸਪੋਰਟ ਆ ਉਹਦੇ ਲਈ ਮਨੀ ਦਿੱਤੀ ਜਾਵੇ ਪੈਸਾ ਦਿੱਤਾ ਜਾਵੇ ਜਿਹੜੀ ਗ੍ਰਾਂਟ ਅਸਟੈਬਲਿਸ਼ ਕੀਤੀ ਗਈ ਸੀ ਕਈ ਦਰਜਨਾਂ ਬਿਜ਼ਨਸ ਉਹਨਾਂ ਨੇ ਅਪਲਾਈ ਕੀਤਾ ਲਗਭਗ $10,000 ਦੇ ਲਈ ਉਹਨਾਂ ਨੂੰ ਪੇ ਆਊਟ ਕੀਤਾ ਗਿਆ ਐਸੋਸੀਏਸ਼ਨ ਇਹ ਕਹਿੰਦੀ ਆ ਪਰ ਇਹ ਕਹਿ ਰਹੇ ਆ ਕਿ ਸਾਨੂੰ ਕਈ ਹੋਰ ਬ੍ਰੇਕਿੰਗਸ ਆ ਰੋਬਰੀਜ਼ ਆ ਸੇਫਟੀ ਜਿਹੜੇ ਇੰਸੀਡੈਂਟਸ ਦੇ ਮਾਮਲੇ ਸਾਡੇ ਕੋਲ ਜਿਹੜੇ ਕਈ ਤਰ੍ਹਾਂ ਦੇ ਸਾਹਮਣੇ ਆਉਂਦੇ ਔਰ ਇਹਦੀ ਰਿਪੇਅਰ ਦੀ ਕੋਸਟ ਇਹਦੀ ਜਿਹੜੀ ਸਾਰਾ ਕੁਛ ਆ ਉਹਦੇ ਵੱਲ ਧਿਆਨ ਦਿੱਤਾ ਜਾਵੇ ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਬੰਦੇ ਨੂੰ 30 ਸੈਕਿੰਡ ਲੱਗਦੇ ਆ ਇੱਕ ਵਿੰਡੋ ਨੂੰ ਸਮੈਸ਼ ਕਰਨ ਦੇ ਵਿੱਚ ਅਤੇ ਜਿਹੜਾ ਜਿੰਨਾ ਉਹਨੇ ਬੰਦੇ ਨੇ ਉਹਦੇ 'ਤੇ ਹੁਣ ਬਿਜ਼ਨਸ ਵਾਲੇ ਨੇ ਜਿੰਨਾ ਪੈਸਾ 6 ਮਹੀਨਿਆਂ 'ਚ ਕਮਾਇਆ ਉਹ 30 ਸਕਿੰਟਾਂ 'ਚ ਤੋੜ ਕੇ ਤਿਆ ਹੋ ਜਾਂਦੇ ਉਹਦਾ ਅਤੇ ਉਹਨਾਂ ਨੁਕਸਾਨ ਜਿਹੜਾ ਆ ਉਹ ਸੋ ਇਹਦੇ ਨਾਲ ਬਿਜ਼ਨਸ ਦਾ ਜਿਹੜਾ ਨੁਕਸਾਨ ਆ ਉਹ ਬਹੁਤ ਜ਼ਿਆਦਾ ਹੋ ਰਿਹਾ ਆ ਪ੍ਰੀਸਵਿਲ ਵਰਟਾ ਦੇ ਵਿੱਚ ਕਹਿੰਦੀ ਆ ਕਿ ਇਹਨਾਂ ਨੇ ਪਿਛਲੇ ਸਾਲ ਵੀ ਕਿਹਾ ਸੀ ਕਿ ਪਿਛਲੇ ਸਾਲ ਵਰਟਾ ਦੇ ਵਿੱਚ ਜਿਹੜੇ ਵਾਇਲੈਂਟ ਕ੍ਰਾਈਮ ਸੀਗੇ ਬਹੁਤ ਜ਼ਿਆਦਾ ਸੀਗੇ ਇੱਕ ਸਾਲ ਦੇ ਵਿੱਚ
ਕਦੇ ਇੰਨੀ ਇੰਨੇ ਵਾਇਲੈਂਟ ਕ੍ਰਾਈਮ ਦਾ ਵੋਲਿਊਮ ਆਫ ਵਾਇਲੈਂਟ ਕ੍ਰਾਈਮ ਆ ਉਹ ਇੰਨਾ ਜ਼ਿਆਦਾ ਸੀ ਕਿ ਜਿਹੜਾ ਪਹਿਲਾਂ ਕਦੇ ਵੀ ਨਹੀਂ ਹੋਇਆ ਮਤਲਬ ਘੱਟੋ ਘੱਟ 15,000 ਦੇ ਕਰੀਬ ਵਾਇਲੈਂਟ ਕ੍ਰਾਈਮ ਰਿਪੋਰਟ ਕੀਤੇ ਗਏ ਐਡਮਿੰਟਨ ਦੇ ਵਿੱਚ 16% ਵਾਧਾ ਮੰਨਿਆ ਜਾਂਦਾ ਇਹ ਸੋ ਜਿੱਥੇ ਲੋਕ ਮੰਗ ਕਰ ਰਹੇ ਆ ਕਈ ਥਾਵਾਂ ਦੇ ਉੱਤੇ ਕ੍ਰਾਈਮ ਦੀ ਸਮੱਸਿਆ ਆਉਂਦੀ ਹੈ ਕਈ ਵਾਰੀ ਗੱਲਬਾਤ ਕੀਤੀ ਜਾਂਦੀ ਹੈ ਕਿ ਵੱਡੇ ਸ਼ਹਿਰਾਂ ਦੇ ਵਿੱਚ ਟੋਰਾਂਟੋ ਵੈਨਕੂਵਰ ਵਰਗੇ ਸ਼ਹਿਰਾਂ ਦੇ ਵਿੱਚ ਇਹ ਸਮੱਸਿਆਵਾਂ ਜ਼ਿਆਦਾ ਨੇ ਜਿੱਥੇ ਇਹ ਹੈਗੇ ਪਰ ਕਿਉਂਕਿ ਐਡਮਿੰਟਨ ਇੱਕ ਬਹੁਤ ਮਹੱਤਵਪੂਰਨ ਸ਼ਹਿਰ ਆ ਕੈਨੇਡਾ ਦਾ ਇਹਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਕਾਫੀ ਜ਼ਿਆਦਾ ਆ ਰਹੀਆਂ ਨੇ ਬਿਜ਼ਨਸ ਵਾਲੇ ਜਿਹੜੇ ਰਿਟੇਲਰ ਨੇ ਜਾਂ ਉਹ ਮੰਗ ਕਰ ਰਹੇ ਆ ਵੀ ਸਾਡੀ ਕੋਈ ਨਾ ਕੋਈ ਬਾਂਹ ਫੜੀ ਜਾਵੇ ਸਾਡੀ ਮਦਦ ਕਰੀ ਜਾਵੇ ਨਹੀਂ ਤਾਂ ਸਾਡੇ ਲਈ ਵੱਡਾ ਸੰਕਟ ਪੈਦਾ ਹੋ ਸਕਦਾ ਅਗਲੀ ਗੱਲ ਦੋਸਤੋ ਆਪਾਂ ਸਟੂਡੈਂਟਸ ਬਾਰੇ ਕਰਨੀ ਹੈ ਫੋਰਨ ਸਟੂਡੈਂਟਸ ਜਿਹੜੇ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਕੈਨੇਡਾ ਦੇ ਵਿੱਚ ਪੜ੍ਹਨ ਆਉਂਦੇ ਆ ਹੁਣ ਬਹੁਤ ਵਾਰੀ ਸਵਾਲ ਉੱਠਦੇ ਆ ਕਿ ਇਹਨਾਂ ਦਾ ਭਵਿੱਖ ਕੀ ਹੋਊਗਾ ਕੀ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੈਂਟਸ ਆਉਂਦੇ ਰਹਿਣਗੇ ਕੀ ਇਹ ਬੰਦ ਹੋ ਜਾਣਗੇ ਜਾਂ ਕੋਈ ਇੱਦਾਂ ਦੀ ਅਨਾਊਂਸਮੈਂਟ ਆਈ ਹੈ ਵੀ ਜਿਹਦੇ ਨਾਲ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਜਾਂ ਇਸ ਸੰਬੰਧ ਦੇ ਵਿੱਚ ਹੋ ਕੀ ਰਿਹਾ ਇਸ ਵੇਲੇ ਲੋਕ ਅਪਡੇਟ ਜਾਣਨਾ ਚਾਹੁੰਦੇ ਆ ਇੱਕ ਤਾਂ ਅਪਡੇਟ ਇਹ ਆ ਵੀ ਇਹਦੇ ਬਾਰੇ ਕੋਈ ਵੀ ਹਜੇ ਤੱਕ ਇੱਦਾਂ ਦੀ ਅਪਡੇਟ ਨਹੀਂ ਜਾਂ ਕੋਈ ਇੱਦਾਂ ਦੀ ਗੱਲ ਨਹੀਂ ਕਿ ਇਹਨਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ ਜਾਂ ਇਹਨਾਂ ਨੂੰ ਰੋਕ ਦਿੱਤਾ ਗਿਆ ਹਾਂ ਥੋੜ੍ਹਾ ਚਿਰ ਪਹਿਲਾਂ ਆਪਾਂ 15-20 ਦਿਨ ਪਹਿਲਾਂ ਜਾਣਦੇ ਹਾਂ ਕਿ ਬਿਆਨ ਆਏ ਸੀਗੇ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਸਾਨੂੰ ਇਹਦੇ 'ਤੇ ਕੈਪ ਲਾਉਣਾ ਪੈ ਸਕਦਾ ਮਤਲਬ ਲਿਮਿਟ ਕਰਨਾ ਪੈ ਸਕਦਾ ਵੀ ਕਿੰਨੇ ਸਟੂਡੈਂਟ ਇੱਕ ਸਾਲ ਦੇ ਵਿੱਚ ਇੱਥੇ ਆਉਂਦੇ ਆ ਉਹਨਾਂ ਨੂੰ ਕੈਪ ਕਰਨਾ ਪਊਗਾ ਇੱਕ ਲਿਮਿਟ ਲਾਉਣੀ ਪਊਗੀ ਇਹ ਤੋਂ ਵੱਧ ਨਾ ਆਉਣ ਇੰਨੀ ਗੱਲ ਕੀਤੀ ਸੀ ਸਾਡੇ ਜਿਹੜੇ ਹਾਊਸਿੰਗ ਮਿਨਿਸਟਰ ਆ ਹਾਊਸਿੰਗ ਮਿਨਿਸਟਰ ਜਿਹੜੇ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਸੀ ਸ਼ੌਨ ਫਰੇਜ਼ਰ ਉਹਨਾਂ ਨੇ ਬਿਆਨ ਦਿੱਤਾ ਸੀ ਹੁਣ ਕੁਦਰਤੀ ਤੌਰ 'ਤੇ ਉਹਨੇ ਬਿਆਨ ਦਿੱਤਾ ਅਤੇ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਅਸਰ ਵੀ ਹੋਊਗਾ ਪਰ ਹਜੇ ਤੱਕ ਕੋਈ ਵੀ ਅਧਿਕਾਰਤ ਤੌਰ ਦੇ ਉੱਤੇ ਇੱਦਾਂ ਦੀ ਸੂਚਨਾ ਨਹੀਂ ਕਿ ਇਹਨਾਂ ਸਟੂਡੈਂਟਸ ਦੇ ਵੀਜ਼ੇ ਬੰਦ ਕੀਤੇ ਗਏ ਜਾਂ ਇਹਨਾਂ ਨੂੰ ਰੋਕਿਆ ਗਿਆ ਜਾਂ ਇਹਨਾਂ ਨੂੰ ਘਟਾਇਆ ਗਿਆ ਜਾਂ ਇਹਨਾਂ ਨੂੰ ਵੀਜ਼ੇ ਦਿੱਤੇ ਨਹੀਂ ਜਾ ਰਹੇ ਹਜੇ ਤੱਕ ਜਿਹੜੀ ਇੱਦਾਂ ਦੀ ਕੋਈ ਵੀ ਗੱਲਬਾਤ ਆ ਉਹ ਸਾਹਮਣੇ ਨਹੀਂ ਆ ਰਹੀ ਹੋ ਕੀ ਰਿਹਾ ਕਿਤੇ ਨਾ ਕਿਤੇ ਗੱਲਾਂ ਬਾਤਾਂ ਕੁਛ ਨਾ ਕੁਛ ਜ਼ਰੂਰ ਹੋ ਰਹੀਆਂ ਲੋਕਾਂ ਦੇ ਵਿੱਚ ਨਹੀਂ ਮਿਨਿਸਟਰਾਂ ਦੇ ਵਿੱਚ ਅਧਿਕਾਰੀਆਂ ਦੇ ਵਿੱਚ ਜਿਹੜੇ ਲਾਅ ਮੇਕਰ ਨੇ ਉਹਨਾਂ ਦੇ ਵਿੱਚ ਹੁਣ ਇੱਕ ਗੱਲਬਾਤ ਇਹ ਚੱਲ ਰਹੀ ਹੈ ਇਸ ਵੇਲੇ ਕਿ ਜਿਹੜੇ ਇਮੀਗ੍ਰੇਸ਼ਨ ਏਜੰਟਸ ਨੇ ਨਾ ਜਾਂ ਕੰਸਲਟੈਂਟ ਨੇ ਉਹ ਕਈ ਵਾਰੀ ਸਟੂਡੈਂਟਸ ਨੂੰ ਝੂਠੇ ਸੁਪਨੇ ਦਿਖਾ ਦਿੰਦੇ ਆ ਜਿਹੜੇ ਕਿ ਸੱਚ ਨਹੀਂ ਹੁੰਦੇ ਸਰਕਾਰ ਇਹ ਕਹਿ ਰਹੀ ਹੈ ਕਿ ਇਸ ਗੱਲ ਨੂੰ ਰੋਕਣਾ ਪਊਗਾ ਔਰ ਉਹਨਾਂ ਨੂੰ ਕਿਤੇ ਨਾ ਕਿਤੇ ਸੱਚਾਈ ਦੱਸਣੀ ਪਊਗੀ ਸੱਚਾਈ ਕੀ ਹੈ ਲੋਕ ਇਹ ਵੀ ਗੱਲ ਕਰਦੇ ਹੋ ਕਿ ਸਟੂਡੈਂਟ ਸਾਰੇ ਬੇਸਿਕਲੀ ਸਟੂਡੈਂਟ ਦਾ ਕੰਮ ਤਾਂ ਇਹ ਆ ਵੀ ਉਹ ਆਵੇ ਪੜ੍ਹ ਕੇ ਅਤੇ ਵਾਪਸ ਆਪਣੇ ਦੇਸ਼ ਦੇ ਵਿੱਚ ਚਲੇ ਜਾਵੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਇਹਦਾ ਮਤਲਬ ਤਾਂ ਇਹੀ ਬਣਦਾ ਪਰ ਕੈਨੇਡਾ ਸਰਕਾਰ ਨੂੰ ਵੀ ਪਤਾ ਹੈ ਅਤੇ ਜਿਹੜਾ ਸਟੂਡੈਂਟ ਆ ਰਿਹਾ ਉਹਨੂੰ ਵੀ ਪਤਾ ਹੈ ਵੀ ਉਹ ਕਿਉਂ ਆ ਰਿਹਾ ਉਹਨਾਂ ਨੇ ਬੇਸਿਕਲੀ ਉੱਥੇ ਪੱਕੇ ਹੋਣਾ ਹੈ ਅਤੇ ਪੱਕੇ ਹੁੰਦੇ ਵੀ ਆ ਹੁਣ ਸਮੱਸਿਆ ਇਹ ਆ ਕਿ ਪੱਕੇ ਕਰਨ ਦੀ ਇੱਕ ਲਿਮਿਟ ਆ ਸਰਕਾਰ ਦੀ ਸਰਕਾਰ ਉਸ ਕੋਟੇ ਤੋਂ ਵੱਧ ਪੱਕੇ ਨਹੀਂ ਕਰ ਸਕਦੀ ਇੱਕ ਸਾਲ ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਸਾਲ ਦੇ ਵਿੱਚ ਲੋਕਾਂ ਨੂੰ ਪੱਕੇ ਕਰਨ ਦੀ ਲਿਮਿਟ ਲਗਭਗ 5 ਲੱਖ ਆ 5 ਲੱਖ ਤੋਂ ਜ਼ਿਆਦਾ ਨਹੀਂ ਪੱਕੇ ਕਰਦੇ ਇਹਨਾਂ ਦਾ ਟਾਰਗੇਟ ਆ 4,90,000-80,000 ਇਹਦੇ ਨੇੜੇ ਤੇੜੇ ਅਤੇ ਇਹਨਾਂ ਸਾਲਾਂ ਦੇ ਵਿੱਚ 5 ਲੱਖ ਬੰਦਾ ਇਹਨਾਂ ਨੇ ਪੱਕਾ ਕਰਨਾ ਸਟੂਡੈਂਟ ਕਿੰਨਾ ਆ ਰਿਹਾ ਕੈਨੇਡਾ ਦੇ ਵਿੱਚ ਲਗਭਗ 8 ਲੱਖ ਜਾਂ 9 ਲੱਖ ਇੱਕ ਸਾਲ ਦੇ ਵਿੱਚ ਅਤੇ ਆਉਣ ਵਾਲੇ ਸਾਲਾਂ ਦੇ ਵਿੱਚ 2027 ਤੱਕ ਅੰਦਾਜ਼ਾ ਇਹ ਆ ਵੀ ਇਹ 15 ਲੱਖ ਆਉਣਾ ਜੇ ਐਸੇ ਰਫ਼ਤਾਰ ਦੇ ਨਾਲ ਚੱਲਦਾ ਰਿਹਾ ਹੁਣ ਸਰਕਾਰ ਤਾਂ ਪੱਕਾ ਕਰ ਰਹੀ ਹੈ ਇੱਕ ਸਾਲ ਦੇ ਵਿੱਚ 5 ਲੱਖ 5 ਲੱਖ ਸਟੂਡੈਂਟ ਨਹੀਂ ਪੱਕਾ ਕਰ ਰਹੀ ਉਹਦੇ ਵਿੱਚ ਸਕਿੱਲਡ ਵਰਕਰ ਵੀ ਨੇ ਉਹਦੇ ਵਿੱਚ ਐਕਸਪ੍ਰੈਸ ਐਂਟਰੀ ਵਾਲੇ ਦੂਜੇ ਤੀਜੇ ਸਾਰੇ ਕਿਸਮਾਂ ਰਲਾ ਕੇ ਉਹਨਾਂ ਨੇ 5 ਲੱਖ ਕਰਨਾ ਔਰ ਕੁਦਰਤੀ ਉਹਦੇ ਵਿੱਚ ਵੱਡੀ ਗਿਣਤੀ ਨਾ ਇੰਟਰਨੈਸ਼ਨਲ ਸਟੂਡੈਂਟਸ ਵੀ ਹੁੰਦੀ ਹੈ ਜਿਹੜੇ ਉੱਥੇ ਵਰਕ ਪਰਮਿਟ ਦੇ ਉੱਤੇ ਚਲੇ ਜਾਂਦੇ ਹੁਣ ਸਟੂਡੈਂਟਸ ਵੀ ਇਹ ਸੋਚ ਕੇ ਆ ਰਹੇ ਆ ਅਤੇ ਜਿਹੜੇ ਇਮੀਗ੍ਰੇਸ਼ਨ ਏਜੰਟ ਆ ਉਹ ਵੀ ਇਹ ਕਹਿ ਰਹੇ ਆ ਵੀ ਹਾਂਜੀ ਤੁਸੀਂ ਪੱਕੇ ਹੋ ਜਾਣਾ ਸੱਚਾਈ ਇਹ ਨਹੀਂ ਆ ਸਾਰੇ ਪੱਕੇ ਨਹੀਂ ਹੁੰਦੇ ਇੱਥੇ ਇਹ ਵੀ ਇੱਕ ਬੜੀ ਦਿਲਚਸਪ ਗੱਲ ਆ ਕਿ ਸਾਰੇ ਪੱਕੇ ਹੋਣ ਲਈ ਅਪਲਾਈ ਵੀ ਨਹੀਂ ਕਰਦੇ ਕਿਸੇ ਖਾਸ ਹਿੱਸੇ ਦੇ ਵਿੱਚ ਉਹ ਲੋਕ ਆ ਕੇ ਅਪਲਾਈ ਕਰ ਸਕਦੇ ਕਈ ਦੇਸ਼ਾਂ ਦੇ ਲੋਕ ਆ ਮੁੜ ਜਾਂਦੇ ਆ ਪੜ੍ਹ ਕੇ ਵਾਪਸ ਮੁੜ ਜਾਂਦੇ ਆ ਸਾਰੇ ਨਹੀਂ ਜਿਹੜੇ ਇਹ ਕਰਦੇ ਹੁਣ ਜਿਹੜੀ ਕੈਨੇਡੀਅਨ ਪੋਸਟ ਸੈਕੰਡਰੀ ਸਕੂਲਸ ਨੇ ਕਿ ਉਹਨਾਂ ਤੋਂ ਬਾਅਦ ਬੰਦਾ ਜਦੋਂ ਉੱਥੇ ਸਟੂਡੈਂਟ ਪੜ੍ਹ ਲੈਂਦਾ ਪੜ੍ਹਨ ਤੋਂ ਬਾਅਦ ਉਹਨੂੰ ਵਰਕ ਪਰਮਿਟ ਮਿਲਦਾ ਆ ਕਈ ਵਾਰੀ ਉਹ ਮਿਲਦਾ ਹੀ ਨਹੀਂ ਉਹਨੂੰ ਕਿਉਂਕਿ ਜਿਸ ਇੰਸਟੀਟਿਊਸ਼ਨ ਦੇ ਵਿੱਚ ਪੜ੍ਹ ਰਿਹਾ ਉਹ ਐਲੀਜੀਬਲ ਹੀ ਨਹੀਂ ਹੁੰਦੀ ਉਹਨੂੰ ਪੋਸਟ ਸੈਕੰਡਰੀ ਜਿਹੜਾ ਉਹ ਪਰਮਿਟ ਦੇ ਪੋਸਟ ਸੈਕੰਡਰੀ ਤੋਂ ਬਾਅਦ ਜਿਹੜਾ ਪਰਮਿਟ ਦੇਣ ਦੇ ਲਈ ਹੁਣ ਉਹ ਗਰੰਟੀ ਇਹ ਕਰ ਦਿੰਦੇ ਆ ਕਿਉਂਕਿ ਸਕੂਲੇ ਤਾਂ ਉਹਨੂੰ ਪੜ੍ਹਨ ਲਈ ਸੱਦਿਆ ਪੜ੍ਹਨ ਤੋਂ ਬਾਅਦ ਕੀ ਬਣਨਾ ਉਹਦੀ ਗਰੰਟੀ ਨਹੀਂ ਹੈ ਸੋ ਇਸ ਵੇਲੇ ਸੈਨੇਟਰ ਇਮੀਗ੍ਰੇਸ਼ਨ ਐਕਸਪਰਟ ਵਾਰਨਿੰਗ ਦੇ ਰਹੇ ਆ ਕਿ ਇਸ ਗੱਲਬਾਤ ਦੇ ਪਾਸੇ ਜਾਣਾ ਚਾਹੂਗਾ ਜਿਹੜਾ ਸੋਚਣਾ ਪਊਗਾ ਇੱਕ ਰਿਪੋਰਟ ਆਈ ਹੈ ਸੈਨੇਟਰ ਰੈਟਨਾ ਓਮਡੀਵਰ ਦੁਆਰਾ ਦੂਜੇ ਇਹਨਾਂ ਦੇ ਵਿੱਚ ਹੈਗਾ ਹਸਨ ਯੂਸਫ ਦੁਆਰਾ ਅਤੇ ਯੂਐਨ ਪਾਓ ਵੂ ਦੁਆਰਾ ਇਹਨਾਂ ਨੇ ਇੱਕ ਫੈਡਰਲ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦੇ ਤਹਿਤ ਵਾਰਨਿੰਗ ਦਿੱਤੀ ਆ
कि इत्थे साडे कोल इना परमानेंट रेजिडेंसी स्पॉट्स नहीं आ जिहड़े इना वध रहे स्टूडेंट्स के नंबर नूं कैटर कर सकन। ते ऑटवा नूं इह क्लीयर करना चाहीदा आ कि जिहड़ा इत्थे दी परमानेंट जिहड़ा अपना परमानेंटली इत्थे सैटल होना स्टे होना पीआर लैणी उह बहुत ज़्यादा कंपीटिटिव हो गया हुण उहदे च कंपीटिशन बहुत हो गया और वड्डा कंपीटिशन उहदे च स्टूडेंट्स दा आ मुश्किलां हैगियां ने। सो हुण इस गल तों अंदाज़ा ला के चलना चाहीदा भी इह इन्नी सिद्धी गल नहीं है कि तुहानूं स्टूडेंट्स वीज़ा कनेडा दा मिल गया तो तुसीं दो सालों बाद उत्थे पक्के हो जाणा। इह गल इन्नी उहनां दे विच कंपीटिशन आ उहनां दे विच स्कोर आ किहड़े किन्ने चिर बाद स्कोर किहड़ा थल्ले आउंदा किहड़ा सिलैक्ट हुंदा उहदे विच जिहड़े हालांकि कनेडियन कॉलेज अटेंड करना या यूनिवर्सिटी दे विच पढ़ना फॉरन स्टूडेंट्स दे लई हैल्प हुंदी आ परमानेंट रेजिडेंस गेन करन दे लई पर सक्सैस अश्योर्ड नहीं आ। उहदा फायदा हुंदा आ कि कोई बंदा उत्थे पढ़ के अपलाई करदा तुहानूं पीआर मिल सकदी आ इह कुदरती आ पर गरंटी कोई नहीं इस गल दी। गरंटी तुसीं आप अंदाजा ला लो 5 लख तों बाद इहनां ने बंदा पक्का नहीं करना ते 27 तक 15 लख स्टूडेंट ही आ जाणा 8 लख पिछले साल आया ते 9 लख दा अंदाजा ऐतकी आ ते फिर बाकी सारियां कैटेगरीज भी उहदे विच इस गलत अंदाजा लाया जा सकता भी सारे पक्के नहीं होने। ठीक है सारे अपलाई भी नहीं करते पर बहुते अपलाई करते हैं पढ़ना ही मुड़ गए तो वक्री गल हैगी। जिहड़ा हुण दूजा जिहड़ा एक्सप्रेस एंट्री है कैनेडा का इमीग्रेशन सिस्टम आ उहदे विच स्कोर हुंदा आ जिहड़ा स्कोर परमानेंट रेजिडेंसी उहनां दे वर्क दे उत्ते वर्क एक्सपीरियंस दे उत्ते दूजे फैक्टर हुंदे आ बहुत विच जिहड़े हाईली रैंकड हुंदे आ उपरली क्रीम हुंदी उहनां नूं चक के पीआर दे दिंदे बाकी थल्ले वेट करदे रहिंदे। जिहड़ी सैनेटर्स दी रिपोर्ट आ इह फैडरल इस गल दे उत्ते मंग कर रही है कि फैडरल सरकार कोई इदां दी कार्रवाई करे जिहदे नाल जिहड़े एजुकेशन कंसल्टेंट ने उहनां नूं रोकिया जावे जिन्हां नूं कैनेडियन कॉलेज कई बार पे करता है कि तुसीं स्टूडेंट लैके आओ इत्थे ते उहनां नूं ज़्यादा ज़्यादा सुपने दिखा दिते जांदे आ कि वर्क परमिट तुहानूं ग्रैजुएशन तों बाद मिल जाणा इदां हो जाणी ते तुसीं पीआर हो जाणा। कुछ केसिस दे विच जिहदा पहलां दस्सिया जिहड़े अंतरराष्ट्री विद्यार्थी ने उहनां नूं परमिट तों डिनाई कर दिता जांदा उहनां नूं मना कर दिता जांदा कि तुहानूं नहीं मिल सकदा क्योंकि उहनां दा कॉलेज जिहड़ा जिहड़ा भी डेजिग्नेटेड लर्निंग इंस्टीट्यूशनस आ उह स्कूल आ उह सरकार दी अप्रूवड इंस्टीट्यूशन दी लिस्ट दे उत्ते ही नहीं आ। वीज़ा मिलना कनेडा आना पढ़ना स्कूल या जिहड़ी इंस्टीट्यूशन अप्रूवड होनी एक होर गल आ उह इंस्टीट्यूशन वर्क परमिट देण दे लई अग्गों अप्रूव हैगी आ इह दूजी गल आ। बहुतिआं नूं इस गल दा पता नहीं हुंदा ते उह इस गल दे विच वी उलझ के रहि जांदे आ। हाउस ऑफ कॉमन्स दे विच जानी कनेडा दी पार्लीमेंट दे विच पिछले हफ्ते इमीग्रेशन मिनिस्टर जिहड़े मिनिस्टर ने साडे मार्क मिलर उहनां ने कहा सी कि इंटरनेशनल स्टूडेंट्स कैनेडा दा एसेट आ कैनेडा दी बहुत वड्डी इह इक लोड़ आ ते इहनां दा भविख वी आ फ्यूचर वी कैनेडा दा इंटरनेशनल स्टूडेंट्स ने पर नाल उहनां ने इह कहा सी कि हुण जिहड़े इह जिहड़े कंसल्टेंट जिहड़े उहनां दे शब्द सीगे कि इहनां नूं गलत आसां दिखा रहे आ उहनूं वी रोकण दी लोड़ आ। हुण इह गल अपने आप दे विच बहुत वड्डी आ जदों कनेडा दे इमीग्रेशन मिनिस्टर हाउस ऑफ कॉमन्स दे विच इह गल कह रहे आ कि जिहड़े इंटरनेशनल स्टूडेंट्स आर एसेट टू कैनेडा एंड इट्स फ्यूचर ते नाल उहनां दा जिहड़ा इन बिन बयान इह सी जिहड़ा उहनां ने इह कहा सी कि देयर इज़ अ नीड टू बी क्रैक डाउन ऑन कंसल्टेंट्स गिविंग देम फॉल्स होप्स झूठियां जिहड़ियां फॉल्स होप्स फॉल्स होप की आ कि तुसीं पक्के हो जाओगे मतलब की आ सारे पक्के नहीं होणगे। इस गल नूं बहुत ध्यान नाल समझना चाहीदा आ। एयरपोर्ट इह वी कहिंदे आ कि फैडरल सरकार दे नाल उहनां ने आर्गू भी कीता इस गल दे उत्ते कि जिहड़ा इस किस्म दा उहनां नूं दिखाया जांदा आ कैनेडियन सरकार ऑनेस्ट आ इमीग्रेशन एडवांटेजेस ने इत्थे पढ़न दे कुदरती तौर दे उत्ते ज़्यादा उहनां नूं फायदा हुंदा पर कंपीटिशन आ। फैडरल इमीग्रेशन डिपार्टमेंट अंदाजा इह ला रहा कि फॉरन स्टूडेंट्स वधी जाणे आ और कैनेडा दे विच हर साल 1.4 मिलियन हो जाणे आ 14 लख जिहड़ा इह 2027 तक इक इंटरनल पॉलिसी डॉक्यूमेंट जिहड़ा उह च पता लग्गिया आ इस साल लगभग 9 लख दे करीब 900,000 दे करीब फॉरन स्टूडेंट जिहड़े इत्थे पढ़ रहे आ। ऑटवा इमीग्रेशन टारगेट वधा रहा है आने वाले सालों के पर गोल इन्हों का 5 लख के नेड़े तेड़े परमानेंट रेजिडेंस ने 2025 तक 2 सालों 5 लख ही रहना है क्योंकि यह हर साल तो बदलते नहीं भी 5 तो 7 लख कर देंगे ये 3 साल पहले ही बन जाता 4-5 साल पहले बना दिता ही इन्होंने भी इतने 4 लख 60 हज़ार 4 लख 80 हज़ार 4 लख 90 हज़ार से 2025 तक जो 5 लख बंदा आ उन्होंने परमानेंट रेजिडेंसी
देनी है। बहुत इंटरनेशनल स्टूडेंट्स असल परमानेंट रेजिडेंसी लैनी चाहते हैं, पीआर लैनी चाहते हैं जदों अपनी स्टडीज खत्म कर देंगे। 2021 के सर्वे किया गया है जो कैनेडियन ब्यूरो ऑफ इंटरनेशनल एजुकेशन ने जी गलबात दसी सी, सर्वे दे विच पता लग्या सी कि जो 73% रिस्पोंडेंट सीगे उन्होंने पोस्ट ग्रेजुएट वर्क परमिट अप्लाई करना सी, भाव उन्होंने रहना सी। हुण जे 9 लाख आ तो 73% भी तुसीं ला लो भी किन्ना हो गया, तो वह भी 5 लाख तो ज़्यादा हो जाते हैं, तो जिहड़े कि 5 लाख दे विच होर भी बहुत कैटागरीज आउंदियां आ। सो हुण सर्वे दे विच यह भी सीगा कि मुड़ के उन्हां तों बाद लोग किन्ने जिहड़े परमानेंट रेजिडेंसी पीआर दे लई अप्लाई करदे आ। सारे पोस्ट सैकेंडरी प्रोग्राम स्टूडेंट्स नूं एलीजिबल नहीं बनाउंदे पोस्ट ग्रेजुएशन वर्क परमिट दे लई। इहदे विच ए रिपोर्ट दे विच काफ़ी कुछ कहा गया आ, मिस उमडी वर ने गलबात भी कही आ जिहड़ी इन्हां दी रिपोर्ट दी ऑथर आ। इन्हां दे विच उहने इह भी कहा एक इंटरव्यू दे विच कि फैडरल सरकार नूं सीधा कम्यूनीकेट करना चाहिए फॉरन स्टूडेंट्स के नाल, कि विचले एजेंट कढ के इन्हां नूं सीधी गलबात करनी चाहिए इन्हां दे नाल और दसना चाहिए कि जिहड़ियां कंडीशनस जां वर्किंग इत्थे रहण दीआं कैनेडा दे विच की है, तो इहनूं मतलब मिस इनफॉर्मेशन जिहनूं कहा जा रहा है एजुकेशन कंसल्टेंट द्वारा दित्ती जा रही उहनूं किसी ना किसी तरह रोकना चाहिए। तो यह जिम्मेवारी भी फैडरल सरकार की आ कि वह कम्यूनीकेट करे लोगों के नाल, जिहड़े कई वकील आ जिहड़े वह दसदे आ जिहड़े इस गलबात दे विच कि लोग इत्थे रहना चाहुंदे आ, कुदरती रह सकदा कोई भी, कुछ जिहड़े मुड़ जांदे आ घरां नूं स्टडी करन तों बाद उन्हां कॉलेजेस दे विचों, पर उन्हां दी गिणती बहुत घट हुंदी आ। कोई भी बंदा इत्थे रह सकदा आ, पक्का हो सकदा आ, इहदे च कुछ गलत नहीं आ। और दूजे पासे फिर नहीं तो उन्होंने दूजे पास्यों होर तरह करना पैंदा, वर्क परमिट लेने पैंदे, फिर उन्होंने तो सपोर्टिंग लैटरस लेनिया पैंदियां, होर बड़े लंबे चक्करां दे विच पैना पैंदा। सो इस गलबात नूं स्पष्ट तौर दे उत्ते कैनेडा आउण तों पहलां समझ लिया जाए, 9 लख स्टूडेंट इस साल आना आ, 5 लख टोटल इन्हां ने पक्का करना आ, 5 लख भी 25 तक ऐत की घट होने हैं, और उहदे विच बाकी सारियां होर कैटागरीज भी होणगियां जिन्हां दे विचों कि ए स्टूडेंट्स भी शामिल होणगे। कंपीटीशन बहुत ज़्यादा आ, किसी भी आना चाहिए कैनेडा दे विच, पर इन्नी सौखी गल समझ के नहीं आना चाहिए, कंपीटीशन पक्के होने वाले दे विच बहुत ज़्यादा है। साडा हर एक प्रोग्राम देखण ते साडे नाल जुड़न लई सबसक्राइब करो चैनल पंजाबी, ते नोटिफिकेशन लई बैल आइकन वाले बटन ते क्लिक करो।